हां जी भी जी सारा भी सत श्रीकाल जी संदीप डेयरी फार्म ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਵੀ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਾਰਨ ਪਿੰਡ ਤਹਿਸੀਲ ਪੱਟੀ ਅੱਜ ਫਿਰ ਆਪਾਂ ਦਲੇਰ ਵੀਰ ਨੂੰ ਆ ਚੁੱਕੇ ਜੇ ਆਪਾਂ ਅੱਜ ਵੀਰ ਨਾਲ ਕੋਈ 4-5 ਦੇ ਲਗਭਗ ਪਸ਼ੂ ਸੇਲ ਹੈ ਜੀ ਤੇ ਆਹੁਣ ਵੀਰ ਨਾਲ ਗੱਲਬਾਤ ਕਰੀਏ ਕਿ ਇਹਨਾਂ ਪ੍ਰਾਈਸ ਕੀ ਆ ਤੇ ਕੀ ਮਿਲਕ ਰਿਕਾਰਡ ਆ ਉਸ ਤੋਂ ਪਹਿਲਾਂ ਵੀਰ ਜੀ ਰਿਕੁਐਸਟ ਕਰਦਾ ਤੋਂ ਪਹਿਲਾਂ ਕਿਤੇ ਆ ਕੇ ਦੋ ਟਾਈਮ ਦੀ ਚੁਆਇਸ ਜ਼ਰੂਰ ਕਰੋ ਪਾਸ ਕਰੋ ਪੂਰੀ ਤਸੱਲੀ ਨਾਲ ਖਰੀਦੋ ਮਾਰਵਾ ਵੀਰ ਜੀ ਇਹੀ ਬੇਨਤੀ ਹੁੰਦੀ ਆ ਕਿ ਚੁਆਇਸ ਜ਼ਰੂਰ ਕਰਕੇ ਲੈ ਜਾਓ ਨਾਲੇ ਵੀਡੀਓ ਨੂੰ ਬਾਤਾਂ ਸ਼ੇਅਰ ਕਰ ਦਿਆ ਕਰੋ ਚਲੋ ਗਾਂ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ ਠੀਕ ਹੈ ਜੀ ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਬਾਜੀ ਕਿਦਾਂ ਜੀ ਹਾਲ ਸਾਰੇ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਬਹੁਤ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੀ ਵੀਰ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਆ ਗਿਆ ਜੋ ਵੀਡੀਓ ਨੂੰ ਵੇਂਦੇ ਆ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਤੇ ਹੋ ਮਹਿਮਾ ਆ ਕੇ ਪਹੁੰਚੋ ਵੀਰ ਬਾਬਾ ਬੁੱਢਾ ਸਾਹਿਬ ਜੀ ਠੀਕ ਤੇ ਬਹੁਤ ਦਾ ਮੇਲਾ ਭਰਦਾ ਜੀ ਬਹੁਤ ਭਰਦਾ ਨਾ ਭਾਜੀ ਬੜਾ ਜੀ ਕੀ ਗੱਲਾਂ ਹੀ ਕਰਦੇ ਜੋ ਠੀਕ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਸਭ ਬਰਕਤਾਂ ਦੇ ਮਾਲਕ ਨੇ ਹਾਂਜੀ ਹਾਂਜੀ 113 ਵਾਰੇ ਸੇਵਾ ਕੀਤੀ ਹੈ ਹਾਂਜੀ ਹਾਂਜੀ ਸ਼ਾਮ ਪਾਸ਼ੀਆਂ ਤੱਕ ਹੱਥੀ ਮਾਨ ਦਿੱਤਾ ਠੀਕ ਹੈ ਭਾਜੀ ਤੇ ਬਹੁਤ ਬ੍ਰਹਮ ਗਿਆਨੀ ਹੋਏ ਨੇ ਹਾਂਜੀ ਹਾਂਜੀ ਤੇ ਪੁੱਤਰਾਂ ਦੇ ਦਾਨੀ ਦੁੱਧ ਪੁੱਤ ਵਾਲੇ ਨੂੰ ਦੁੱਧ ਪੁੱਤ ਸਭ ਕੁਝ ਬਰਕਤਾਂ ਠੀਕ ਠੀਕ ਹੈ ਠੀਕ ਹੈ ਜੀ ਤੇ ਮੇਲਾ ਬਹੁਤ ਜ਼ਿਆਦਾ ਭਰਦਾ ਹੈ ਜਿਹੜੇ ਵੀਰਗੁਣ ਵੇਂਦੇ ਦੂਰ ਤੱਕਰ ਹਾਂਜੀ ਹਾਂਜੀ ਪਾਰੋਂ ਕਈਰਾਂ ਕੀ ਮਾਚ ਹਰਿਆਣਾ ਜੋ ਵੀ ਵੇਂਦੇ ਵੀਰਗੁਣ ਨੂੰ ਦੂਰ ਦੂਰ ਤੱਕ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ 5 ਦਿਨ ਲਗਾਤਾਰ ਹੀ ਮੇਲਾ ਰਹੂਗਾ ਠੀਕ ਹੈ ਠੀਕ ਹੈ ਹੋਰ ਮੇਲਾ ਭਰੂਗਾ ਚਲੋ ਕਿ ਜਿੰਨੇ ਦੂਰ ਹੋਣਾ ਹੈ ਆ ਸਕਦਾ ਆਪਣੇ ਕੋਲ ਹੈਗਾ ਕਿ ਮੌਕਾ ਨਹੀਂ ਕਿਸੇ ਕੋਲ ਬਿਲਕੁਲ ਬਿਲਕੁਲ ਭਾਜੀ ਆਪਣੇ ਕੋਲ ਆ ਕੇ ਰਹਿ ਸਕਦੇ ਜੀ ਮੇਲਾ ਦੇਖ ਸਕਦੇ ਸਹੀ ਗੱਲ ਹੈ ਭਾਜੀ ਤੇ ਬਹੁਤ ਬਹੁਤ ਲੱਖ ਲੱਖ ਬੋਧ ਵਧਾਈਆਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੀਆਂ ਠੀਕ ਹੈ ਸਭ ਸੰਗਤਾਂ ਤੇ ਭਾਜੀ ਕਿੰਨੇ ਪਸ਼ੂ ਸਰ ਅੱਜ ਅੱਜ ਹੈਗੇ ਆ ਕਿ 3 ਕਿਲੋ 2 ਵੈੜਾ ਉਹ ਮੈਂ ਤਾਂ ਹੈਗਾ ਸੌਦਾ ਅੱਜ ਵੇਖੀ ਆ ਤੇ ਵੇਖੀ ਹੁਣੀ ਕਿੱਥੇ ਲੈ ਗਏ ਤੇ ਇਧਰੇ ਉਹ ਜਾਣੀ ਜੋ ਫਰੀਦਕੋਟ ਆ ਅੱਛਾ ਤੇ ਉਹ ਨੀਲੀ ਰਾਵੀ ਚ ਪੂਰੀ ਮੈਂ ਆ ਚਲੋ ਡਿਟੇਲ ਪੁੱਛਾਂਗੇ ਮਾਣੇ ਜੀ ਆਪਾਂ ਤੇ ਇਹ ਆ ਦੋ ਦੰਦ ਝੋਟੀ ਸੋਈ ਹੈ ਜੀ ਹੁਣੇ ਮਾਲ ਅਜੇ ਆਇਆ ਜੋ ਹੁਣੇ ਆ ਜੀ ਅੱਛਾ ਹੁਣੇ ਆਇਆ ਲਾ ਕੇ ਤੁਹਾਡੇ ਅੱਗੇ ਕੇ ਆਵੇ ਗੱਡੀ ਗਈ ਆ ਹਾਂਜੀ ਲਾ ਕੇ ਤੇ ਡੇ ਆ ਤੇ ਦਿਨੇ ਚੋਏ ਲੇਟ ਡੰਗਰ ਠੀਕ ਆ ਤੇ ਡੰਗਰ ਟਾਈਮ ਆ ਚੋਏ ਡੰਗਰ ਬੰਦ ਦੱਖ ਦਿੰਦਾ ਡੰਗਰ ਚੋਏ ਦਿਨੇ ਲੇਟ ਜਾ ਠੀਕ ਆ ਜੀ ਤੇ ਦੋ ਦੰਦ ਝੋਟੀ ਆ ਦੋ ਦੰਦ ਝੋਟੀ ਆ ਦੇਖੋ 7 ਕਿਲੋ ਬੌਲਾ ਜੋ ਤੇ ਝੋਟੀ ਬਹੁਤ ਸੀਸ ਸਾਲ ਬੋਲੀ ਆ ਆ ਕੱਟੀ ਆ ਗਈ ਜੇ ਮਗਰ ਕੱਟੀ ਆ ਖੋਲੋ ਭਾਜੀ ਫਿਰ ਸੋਹਣੀ ਝੋਟੀ ਹੈ ਦੋ ਦੰਦ ਝੋਟੀ ਜੀ ਦੇਖੋ ਵੱਡੀ ਝੋਟੀ ਹੈ ਪੂਰੀ ਠੀਕ ਹੈ ਜੀ ਆ ਦੇਖੋ ਦੇਖੋ ਜੀ ਦੇਖੋ ਤੋਰੋ ਜੀ ਆ ਦੇਖੋ ਜੀ ਆ ਦੇਖੋ ਜੀ ਲੇਟ ਕੋਈ ਡੰਗਰ ਜਾ ਕੇ ਆ ਦੇਖੋ ਜੀ ਅਸ ਆ ਜੋ ਝੋਟੀ ਦੁੱਧ 10 ਕਿਲੋ ਚਵਾ ਦੂਗੀ 10 ਕਿਲੋ ਹੈ ਜੀ ਹਾਂਜੀ ਠੀਕ ਆ ਆ ਦੇਖੋ ਜੀ ਇਹ ਬੰਨੇ ਮਾਰੋ ਕੈਮਰਾ ਕਿੰਗੀ ਆ ਨੂੰ ਆ ਦੇਖੋ ਦੇਖੋ ਸਿੰਘ ਦੇਖੋ ਜੀ ਕਿੱਥੇ ਲੱਗਾ ਕਿੰਨਾ ਕੋਕਾ ਪੀਸਾ ਦੇ ਸਰਾਈ ਕਰਾਦਾ ਭਾਈ ਆ ਦਾ ਆ ਦੇਖੋ ਜੀ ਦੇਖੋ ਬਹੁਤ ਸੋਹਣੀ ਆ ਇਹ ਹੈਗੀ ਦੋ ਦੰਦ ਜੋ ਇਹ ਆ ਦੇਖੋ ਠੀਕ ਹੈ ਦੋ ਦੰਦ ਦੋ ਦੰਦ ਚਲੋ ਹਾਂਜੀ ਫਿਰ ਤੇ ਮੰਗਣ ਨੂੰ ਭਾਵੇਂ 60 ਮੰਗੀਏ ਹਾਂਜੀ 55000 ਦੀ ਦੇ ਦਾਂਗੇ ਹੋਰ ਮੰਨਤਨ 500 ਛੱਡ ਚਲੋ ਆ ਜਾਓ ਇਧਰ ਗਾਂ ਪਾਸ ਇਹ ਵੈੜ ਜੋ ਬਹੁਤ ਬਰੀਡ ਦੀ ਅੱਛਾ ਤੇ ਅਜੇ ਹਫਤਾ ਲੈਂਦੀ ਸੋਨ ਨੂੰ ਅੱਛਾ ਇਹ ਕੀ ਗੱਲਾਂ ਭਾਵੇਂ ਇੰਦੀ ਬਹਿ ਜੋ ਅਜੇ ਆ ਵੇਖੋ ਆ ਲਾਰ ਨੂੰ ਭਰਨੇ ਆ ਬਿਲਕੁਲ ਜੀ ਬਿਲਕੁਲ ਜੇ ਤਾਂ ਵੀਰ ਕੁਝ ਵੇਖ ਜੂ ਹਾਂਜੀ ਬਹੁਤ ਵਧੀਆ ਹੈ ਠੀਕ ਹੈ ਮੁੱਲ ਕਰਾਂਗੇ ਹਾਂਜੀ ਨਹੀਂ ਤੇ ਤਿਆਰ ਕਰਕੇ ਫਿਰ ਮੁੱਲ ਹੋਰ ਹੋ ਜਾਊਗਾ ਚਲੋ ਤੋਰੋ ਜੀ ਫਿਰ ਇਹ ਵੀ ਕੋਕਾ ਪੀ ਸੀ ਆ ਦੇਖੋ ਜੀ ਪਹਿਲਾ ਸੂਆ ਇਹ ਵੀ ਦੰਦ ਹੈ ਜੀ ਇਹ ਵੀ 4 ਦੰਦ ਵੈੜ 4 ਦੰਦ ਵੈੜ ਦੇ ਵੇਖੋ ਕਿੰਨੀ ਖੂਬਸੂਰਤ ਸੋਹਣੀ ਵੇਖੋ ਕਿੰਨੀ ਹੈ 22-23 ਕਿਲੋ ਦੁੱਧ ਦੇਂਦੀ ਆ ਅੱਛਾ ਦੇਖੋ ਫਾਰਮ ਜੋ ਲੱਗੀ ਆ ਦੇਖੋ ਜੀ ਬਹੁਤ ਸੋਹਣੀ ਤੇ ਚਾਰੂ ਬੋਦ ਵੈੜ ਆ ਦੇਖੋ ਆ ਦੇਖੋ ਹਜੇ ਟਾਈਮ ਲੈ ਜਾਣਾ ਵੈੜ ਨੇ ਪੂਰਾ ਪਰ ਬਣੂ ਬੜੀ ਆ ਜਾਓ ਜੀ ਆ ਜਾਓ ਆ ਦੇਖੋ ਜੀ ਦੇਖ ਲਓ ਚਲੋ ਬਹੁਤ ਸੋਹਣੀ ਸੁਨੱਖੀ ਆ ਲੈ ਲੈ ਚਲੋ ਆ ਆ ਜਾ ਉਤਾਰ ਲੈ ਜੂਗੀ ਠੀਕ ਹੈ ਭਾਜੀ ਠੀਕ ਹੈ ਆ ਦੇਖੋ ਅੱਛਾ ਠੀਕ ਹੈ ਭਾਜੀ ਤਾਂ ਭਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ 38000 ਰੁਪਇਆ ਕਰਦੇ ਆ ਠੀਕ ਆ 38 ਚੋਂ 4000 ਰੁਪਇਆ ਛੱਡ ਦਾਂਗੇ 4000 ਰੁਪਇਆ 34000 ਦੀ ਬਾਅਦ ਦੇਣਾ ਚਲੋ ਠੀਕ ਹੈ ਇਧਰ ਆ ਜਾ ਇਹ ਅੱਜ ਦਾ ਮੁੱਲ ਹੈ ਅੱਜ ਦਾ ਮੁੱਲ ਜੋ ਤਿਆਰ ਕਰਕੇ ਵੈੜ ਚੰਗੀ ਦੁੱਧ ਪਹਿਲਾਂ ਹੀ 13 14 ਕਿਲੋ ਨੂੰ ਗਿਆਂਦਾ ਵੱਛੀ ਜਿਹੜੀ ਸੋਣੀ ਵੱਛੀ ਸਾਂ ਜੀ ਹਾਂ ਇਹ ਰਾਤ ਦੀ ਕੱਲ ਦੀ ਫੀ ਹੋਈ ਹੈ ਅੱਛਾ ਜੀ ਇਹ ਦੂਜਾ ਖੂਬਾ ਦੂਜੀ ਆ ਹਾਂਜੀ ਇਹਦੇ ਸਾਡੇ 9 ਕਿਲੋ ਬੋਲੀ ਆ ਅੱਛਾ 9 ਕਿਲੋ ਬੋਲਾ ਜੀ 8 ਡੱਬੀ ਵੱਛੀ ਮਗਰ ਆ ਗਈ ਦੇਖੋ ਤੋਰੋ ਮੜਾ ਜੀ ਆ ਦੇਖੋ ਜੀ 9 ਕਿਲੋ ਬੋਲਾ ਜੀ ਬੜਾ ਸੋਹਣਾ ਲੱਗਾ ਥਾਂਥੋਂ ਜੀ ਇਹਦਾ ਆ ਦੇਖੋ ਦੇਖੋ ਵੱਡੀ ਵੈੜ ਆ ਪੂਰੀ ਜੀ ਬਰੀਡ ਬਹੁਤ ਵੈੜ ਤੇ ਦੇਖੋ ਜੀ ਆ ਦੇਖੋ ਜੀ ਅਜੇ ਸੂਈ ਸਾਈ ਕਰਕੇ ਥੋੜੀ ਜਿਹੀ ਤੁਹਾਨੂੰ ਪਰਾ ਇੱਕ ਰ ਲੱਪਾ ਮਾਰ ਦਿੰਦਾ ਡੰਗ ਬਿਲਕੁਲ ਜੀ ਆ ਜਾਓ ਆ ਦੇਖੋ ਜੀ
ਵੱਛੀ ਮਗਰ ਆ ਗਈ ਨਾ ਜੀ ਆ ਦੇਖੋ ਲਾਲ ਡੱਬੀ ਵੱਛੀ ਆ ਗਈ ਜੀ ਸੋਹਣੀ ਵੱਛੀ ਆ ਗਈ ਠੀਕ ਆ ਚਲੋ ਤੇ ਬਾਜੀ ਫਿਰ ਇਹਦੀ ਕੀਮਤ कट्टी मगर आ गई कट्टी नहीं कट्टी आई मगर अच्छा कट्टा बहुत सोहना आ गया पिछे आ देखो जी कल दी सुई है चलो एरा वेगी है ना जी फिर आ देखो बच्चा बहुत सोहना आया जी आ देखो चलो ते देखो जी आ भाई को पशु है जी सोहना रेडी किया वीर होने ने ठीक है जी तिने पशु है तिने सिरे दे आ सोहने सुनखे आ ते फिर भी बार बार यही हुंदा कि चवाई रूगा खिलाई है ना भाई जी ठीक है।